बिस्मिल्लाहिर्रहमानुर्रहीम, अस्सलामुअलैकुम व्यूअर्स। 31 मार्च 2023 ਨੂੰ ਮੇਰੀ ਰਿਟਾਇਰਮੈਂਟ ਸੀ। ਇਸ ਵਾਸਤੇ ਰਿਟਾਇਰਮੈਂਟ ਤੋਂ 3-4 ਸਾਲ ਪਹਿਲੇ ਹੀ ਮੈਂ ਬਾਗ ਲਗਾਉਣ ਦੇ ਬਾਰੇ 'ਚ ਸੋਚਣਾ ਸ਼ੁਰੂ ਕਰ ਦਿੱਤਾ। ਸੋਚਣ ਨਹੀਂ ਬਲਕਿ ਅਮਲੀ ਇਕਦਾਮਾਤ ਕਰਨੇ ਸ਼ੁਰੂ ਕਰ ਦਿੱਤੇ। ਜ਼ਮੀਨ ਦੇ ਵਿੱਚ ਉੱਚੀ ਨੀਵੀਂ ਸੀ, ਕੁਛ ਕਲਰ ਸੀ, ਉਹ ਮਿੱਟੀ ਕਢਾਉਣੀ ਸ਼ੁਰੂ ਕਰ ਦਿੱਤੀ। ਬਾਹਰ ਨਾਲ ਚੱਕ ਦੇ ਨਾਲ ਨਿਆਈ ਦਾ ਰਕਬਾ 41 DNB ਤਹਿਸੀਲ ਯਜ਼ਮਾਨ ਜ਼ਿਲ੍ਹਾ ਬਾਬਲਪੁਰ। ਲੋਕਾਂ ਨੇ ਹਾਥਿਆਂ 'ਚ ਪਾ ਲਈ ਮਿੱਟੀ, ਮੇਰੀ ਜ਼ਮੀਨ ਕਾਫੀ ਨੀਵੀਂ ਹੋ ਗਈ ਔਰ ਕਾਫੀ ਠੀਕ ਹੋ ਗਈ। ਫਿਰ ਮੈਂ ਬੂਟਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਅਸਲ ਇਹ ਗੱਲ ਦੱਸਣੀ, ਬੂਟਿਆਂ ਦੀ ਤਲਾਸ਼ ਕਿਵੇਂ ਕੀਤੀ। ਪਹਿਲੇ ਤਾਂ ਆਪਣੇ ਤਹਿਸੀਲ ਯਜ਼ਮਾਨ ਦੇ ਵਿੱਚ ਸ਼ਾਹੀ ਵਾਲਾ ਬੰਗਲਾ, ਲਤੀਫਾਬਾਦ, ਹਡਰਾਜ ਖਾਂ, ਟੇਲ ਵਾਲਾ ਬੰਗਲਾ, ਚਾਂਦਨੀ ਚੌਕ, ਯਜ਼ਮਾਨ ਤੱਕ ਨਰਸਰੀਆਂ ਵੇਖੀਆਂ। ਨਰਸਰੀਆਂ ਦੇ ਵਿੱਚ ਮੈਂ ਚਾਹੁੰਦਾ ਸੀ ਅੱਖ ਵਾਲੇ ਪੌਦੇ ਲਾਉਣਾ, ਜਦਕਿ ਇੱਥੇ ਸਾਰੇ ਪੌਦੇ ਕਲਮ ਵਾਲੇ ਸਨ। ਕੁਛ ਨੇ ਕਿਹਾ ਕਿ ਜੀ ਅਸੀਂ ਤੁਹਾਨੂੰ ਸਰਗੋਧੇ ਤੋਂ ਮੰਗਵਾ ਦੇਵਾਂਗੇ, ਲੇਕਿਨ ਉਹਦਾ ਰੇਟ ਇੰਨਾ ਜ਼ਿਆਦਾ ਸੀ ਕਿ ਵੀ ਮੈਂ ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੈਂ ਉਸ ਤੋਂ ਬਾਅਦ ਸਰਗੋਧੇ ਵਾਲਿਆਂ ਦੇ ਨਾਲ ਰਾਬਤਾ ਕੀਤਾ। ਸਰਗੋਧੇ ਵਾਲਿਆਂ ਦਾ ਰੇਟ ਵੀ ਠੀਕ ਸੀ, ਲੇਕਿਨ ਜ਼ਿਆਦਾ ਦੂਰ ਹੋਣ ਦੀ ਵਜ੍ਹਾ ਤੋਂ ਮਹਿੰਗਾ ਪੈ ਰਿਹਾ ਸੀ, ਟਰੱਕ ਦਾ ਕਿਰਾਇਆ ਜ਼ਿਆਦਾ ਪੈ ਰਿਹਾ ਸੀ। ਕਰਦਿਆਂ ਕਰਦਿਆਂ ਜੀ ਮੈਂ ਪੀਰ ਮਹਿਲ ਦੇ ਨਾਲ ਹੈ ਜੀ ਖੀਖਾ ਬੰਗਲਾ, ਖੀਖਾ ਬੰਗਲਾ ਦੇ ਨਾਲ 309 ਗਾਫ ਬੇਚੱਕ ਹੈ। ਉੱਥੇ ਇਕਰਾਮਲ ਹੱਕ ਨਰਸਰੀ ਹੈ, ਸਾਜਦ ਪਰਵੇਜ਼ ਸਾਹਿਬ ਨਰਸਰੀ ਚਲਾਉਂਦੇ ਨੇ। ਉਸ ਨਰਸਰੀ ਵਾਲਿਆਂ ਨੂੰ ਮਿਲਿਆ, ਪੌਦੇ ਦੇਖੇ, ਪੌਦੇ ਬੜੇ ਪਸੰਦ ਆਏ ਮੈਨੂੰ। ਉਹਨਾਂ ਨੇ ਪਹਿਲੇ ਤਾਂ 80 ਰੁਪਏ ਮੰਗੇ, ਫਿਰ ਜਿਸ ਵਕਤ ਉਹਨਾਂ ਦੇ ਨਾਲ ਦੱਸਿਆ ਮੈਂ ਬਾਬਲਪੁਰ ਤੋਂ ਆਇਆ ਅਤੇ ਕੁਛ ਨਾਲ ਦੇ ਪਿੰਡਾਂ ਦੇ ਵਿੱਚ ਮੇਰੀ ਰਿਸ਼ਤੇਦਾਰੀ ਸੀ, ਸਸੁਰਾਲ ਸੀ, ਅਤੇ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਕਾਫੀ ਰੇਟ ਕੰਮ ਕਰ ਦਿੱਤਾ ਮੈਨੂੰ। 80 ਰੁਪਏ ਤੋਂ ਵੀ ਕੰਮ ਬਾਬਲਪੁਰ ਆਣ ਕੇ ਪਏ ਨੇ। ਅਤੇ ਪੌਦੇ ਆ ਦੇਖ ਲਓ, ਸਾਹਮਣੇ ਤੁਹਾਡੀ ਨਰਸਰੀ ਹੈ, ਸਿਹਤਮੰਦ ਪੌਦੇ ਨੇ, ਬੜੇ ਸੋਹਣੇ ਪੌਦੇ ਨੇ, ਕੋਈ ਕਿਸੇ ਪੌਦੇ ਨੂੰ ਪੱਤਾ ਲਪੇਟ ਨਹੀਂ ਸੀ ਆ। ਉਹਨਾਂ ਦਾ ਬਾਗ ਵੀ ਨਾਲ ਹੈ, ਬਾਗ ਆਪਣੇ ਬਾਗ ਦੀਆਂ ਕਲਮਾਂ ਲਾਉਂਦੇ ਨੇ, ਅੱਖਾਂ ਲਾਉਂਦੇ ਨੇ। ਇਹ ਸੰਤਰੇ ਦੇ ਪੌਦੇ ਨੇ, ਆਸਟ੍ਰੇਲੀਅਨ ਸੰਤਰਾ, ਆਸਟ੍ਰੇਲੀਅਨ ਕਿੰਨੂ ਵੀ ਉਹਨਾਂ ਦੇ ਕੋਲ ਹੈ। ਇਸ ਤੋਂ ਇਲਾਵਾ ਹੋਰ ਕਈ ਕਿਸਮ ਦੀਆਂ ਵਰਾਇਟੀਆਂ ਇਹਨਾਂ ਦੇ ਕੋਲ ਮੌਜੂਦ ਨੇ, ਇਹਦੇ ਵਿੱਚ ਦਿਖਾਈਆਂ ਨੇ ਮੈਂ। ਬਹਿਰਾਲ ਬਹੁਤ ਸੋਹਣਾ ਉਹਨਾਂ ਦਾ ਨਰਸਰੀ, ਬਹੁਤ ਸੋਹਣੀ ਸੀ, ਬਹੁਤ ਖੂਬਸੂਰਤ ਨਰਸਰੀ ਸੀ, ਬੜੇ ਸਿਹਤਮੰਦ ਪੌਦੇ, ਕੱਦ ਕਾਠ ਵਾਲੇ ਔਰ ਸਬਜ਼ ਵੀ ਨਹੀਂ, ਕਾਲੇ ਸਿਆਹ ਰੰਗ ਦੇ ਪੌਦੇ ਸਨ ਔਰ ਮੈਨੂੰ ਬੜੇ ਪਸੰਦ ਆਏ। ਮੈਂ ਉਹਨਾਂ ਨਾਲ ਸੌਦਾ ਕੀਤਾ, ਉਹਨਾਂ ਨੂੰ ਐਡਵਾਂਸ ਦਿੱਤਾ। 13 ਨਵੰਬਰ 2023 ਨੂੰ ਉਹ ਪੌਦੇ ਮੈਂ ਆਪਣੇ ਖੇਤਾਂ ਦੇ ਵਿੱਚ ਲਾ ਲਿਆ। ਜਿੰਨੇ ਵੀ ਲੋਕ ਨਵੇਂ ਬਾਗ ਲਗਾਉਣ ਵਾਲੇ ਨੇ, ਮੇਰਾ ਉਹਨਾਂ ਨੂੰ ਮਸ਼ਵਰਾ ਹੈ ਕਿ ਉਹ ਇੱਕ ਤਾਂ ਹਮੇਸ਼ਾ ਅੱਖ ਵਾਲਾ ਪੌਦਾ ਹੀ ਲਾਉਣ, ਕਲਮ ਵਾਲਾ ਪੌਦਾ ਨਾ ਲਾਉਣ। ਨਰਸਰੀਆਂ ਵਾਲੇ ਬਸ ਐਵੇਂ ਚੱਕਰ ਦੇ ਜਾਂਦੇ ਨੇ ਕਿ ਵੀ ਇੱਕੋ ਜਿਹੀ ਗੱਲ ਹੈ, ਉਹ ਵੀ ਅੱਖ ਵਾਲਾ ਵੀ ਤਾਂ ਉਹੀ ਗੱਲ ਹੈ ਅਤੇ ਕਲਮ ਵਾਲਾ, ਜਦਕਿ ਨਹੀਂ, ਇਹਨਾਂ ਦੀ ਏਜ ਦੇ ਵਿੱਚ ਫਰਕ ਹੈ। ਉਮਰ, ਅੱਖ ਵਾਲੇ ਪੌਦੇ ਦੀ ਉਮਰ ਬਹੁਤ ਜ਼ਿਆਦਾ ਉਮਰ ਹੁੰਦੀ ਹੈ ਔਰ ਇਹ ਜਿਹੜੇ ਪੁਰਾਣੇ ਬਾਗਬਾਨ ਲੋਕ ਨੇ, ਮਾਹਰ ਲੋਕ ਨੇ, ਉਹਨਾਂ ਨੇ ਤਜ਼ੀਆ ਕੀਤਾ ਕਿ ਇਹ ਬਿਮਾਰੀ ਨੂੰ ਵੀ ਜ਼ਿਆਦਾ ਰਿਜ਼ਿਸਟ ਕਰਦਾ ਅੱਖ ਵਾਲਾ ਪੌਦਾ, ਚਸ਼ਮੇ ਵਾਲਾ ਪੌਦਾ। ਕਲਮ ਵਾਲਾ ਪੌਦਾ ਦੀ ਉਮਰ ਵੀ ਕਮ ਹੁੰਦੀ ਹੈ, ਨਿਸਬਤਨ ਉਮਰ ਵੀ ਕਮ ਹੁੰਦੀ ਹੈ ਅਤੇ ਬਿਮਾਰੀਆਂ ਨੂੰ ਵੀ ਰਿਜ਼ਿਸਟ ਨਹੀਂ ਕਰਦਾ ਅਤੇ ਸਡਨ ਡੈਥ ਵਾਲੀ ਇੱਕ ਬਿਮਾਰੀ ਜਿਹੜੀ ਹੈ, ਪੌਦਾ ਖੜਾ ਖੜਾ ਮੁਰਝਾ ਜਾਂਦਾ, ਸੁੱਕ ਜਾਂਦਾ, ਖਤਮ ਹੋ ਜਾਂਦਾ, ਇਹ ਬਿਮਾਰੀ ਵੀ ਜ਼ਿਆਦਾਤਰ 90% ਸਿਰਫ ਆ ਕਲਮ ਵਾਲੇ ਪੌਦਿਆਂ ਨੂੰ ਪੈਂਦੀ ਹੈ। ਬਹਿਰਾਲ ਜੀ, ਅਸੀਂ ਉੱਥੇ ਉਹਨਾਂ ਦੇ ਕੋਲੋਂ ਪੌਦੇ ਲਏ। ਇਹ ਦੇਖੋ, ਸਾਹਮਣੇ ਪੌਦੇ ਪੱਟਣ ਡਏ ਨੇ, ਤੁਸੀਂ ਪੌਦੇ ਦੇਖ ਲਓ, ਇਹ ਕਿੰਨੇ ਮਤਲਬ ਕੱਦ ਕਾਠ ਵਾਲੇ ਪੌਦੇ ਨੇ, ਸੋਹਣੇ ਸਾਫ਼ ਸੁਥਰੇ ਪੌਦੇ ਨੇ। ਰਾਤ ਨੂੰ ਉਹਨਾਂ ਨੇ ਜਨਾਬ ਲਾਈਟਾਂ ਜਲਾ ਜਲਾ ਕੇ ਸਾਨੂੰ ਪੱਟ ਕੇ ਦਿੱਤੇ ਨੇ ਪੌਦੇ, ਅਤੇ ਪਰਾਲੀ 'ਚ ਬੰਨ੍ਹ ਕੇ ਦਿੱਤੇ ਨੇ, ਫਿਰ ਬੜੇ ਪਿਆਰ ਦੇ ਨਾਲ ਇਹਨਾਂ ਨੇ ਉਹਦੇ ਵਿੱਚ ਰੱਖ ਕੇ ਦਿੱਤੇ ਨੇ, ਟਰੱਕ ਦੇ ਵਿੱਚ ਲਦਾ ਕੇ ਦਿੱਤੇ ਨੇ। ਫਿਰ ਉਸ ਤੋਂ ਬਾਅਦ ਇਹ ਜਨਾਬ ਇਹਨਾਂ ਨੂੰ ਅਸੀਂ ਪੌਦੇ 1600 ਪੌਦਾ ਲਿਆ ਸੀ, ਅਤੇ 1600 ਪੌਦੇ ਦੇ ਨਾਲ ਇਹਨਾਂ ਨੇ ਕੁਛ ਪੌਦੇ ਫ੍ਰੀ ਦਿੱਤੇ ਵੀ ਜਾਂਦੇ, ਕੋਈ ਟੁੱਟ ਵੀ ਸਕਦੇ ਨੇ, ਤੁਹਾਡੇ 1600 ਬਚ ਜਾਣ। ਉਸ ਤੋਂ ਇਲਾਵਾ ਇਹਨਾਂ ਨੇ ਨਾ
ਸਾਜਿਦ ਪਰਵੇਜ਼ ਸਾਹਿਬ ਨੇ ਜੀ ਇਹ ਡੀਲ ਕਰਦੇ ਇਹਨਾਂ ਨੂੰ, ਇਸ ਨਰਸਰੀ ਨੂੰ। ਸਾਜਿਦ ਪਰਵੇਜ਼ ਸਾਹਿਬ ਬੜੇ ਖੁਸ਼ ਅਖਲਾਕ ਆਦਮੀ ਨੇ, ਬਹੁਤ ਅੱਛੇ ਬੰਦੇ ਨੇ। ਇਹਨਾਂ ਨੇ ਮੈਨੂੰ ਨਾ ਸੱਤ ਪੌਦੇ ਆਸਟ੍ਰੇਲੀਅਨ ਕਿਨੂੰ ਦੇ ਵੈਸੇ ਐਜ਼ ਅ ਗਿਫਟ ਦਿੱਤੇ ਕਿ ਵੀ ਇਹ ਇਲਾਦਾ ਤੁਸੀਂ ਲਾ ਕੇ ਦੇਖਿਆ ਜੇ, ਅਗਲਾ ਜ਼ਮਾਨਾ ਜਿਹੜਾ ਆਉਣ ਵਾਲਾ ਨਾ ਉਹ ਆਸਟ੍ਰੇਲੀਅਨ ਕਿਨੂੰ ਦਾ ਹੈ। ਆਸਟ੍ਰੇਲੀਅਨ ਕਿਨੂੰ ਜਿਹੜਾ ਰੰਗ, ਇਹਦਾ ਰੰਗ ਵੀ ਥੋੜ੍ਹਾ ਜਿਹਾ ਸ਼ੋਖ ਹੁੰਦਾ ਉਹਦੇ ਨਾਲੋਂ, ਦੇਖਣ ਨੂੰ ਵੀ ਸੋਹਣਾ ਲੱਗਦਾ ਅਤੇ ਖਾਣ ਨੂੰ ਵੀ ਜ਼ਿਆਦਾ ਮਿੱਠਾ ਉਹਦੇ ਨਾਲੋਂ। ਅਤੇ ਦੋ ਤਿੰਨ ਪੌਦੇ ਆਸਟ੍ਰੇਲੀਅਨ ਸੰਗਤਰੇ ਦੇ ਵੀ ਦਿੱਤੇ ਸਨ, ਅਤੇ ਬਹਿਰਾਲ ਮੈਂ ਲਾਏ ਨੇ, ਉਹ ਵੀ ਚੱਲ ਪਏ ਨੇ। ਅਤੇ ਮੈਂ ਬਾਗ ਲਾਇਆ ਅਲਹਮਦੁਲਿਲਾ, ਪੌਦੇ ਇੱਥੇ ਆਣ ਕੇ ਦੋ ਜਾਂ ਤਿੰਨ ਟੁੱਟੇ ਸਨ ਉਹਨਾਂ ਦੇ ਗਾਚੀਆਂ ਜਿਹੜੀਆਂ ਸੀ ਟੁੱਟੀਆਂ ਸੀ, ਬਾਕੀ ਸਾਰੇ ਪੌਦੇ ਬਿਲਕੁਲ ਸਹੀ ਸਲਾਮਤ ਪਹੁੰਚ ਗਏ ਇੱਥੇ, ਪਹੁੰਚ ਕੇ ਉਹ ਲਾ ਦਿੱਤੇ ਗਏ। ਅਤੇ ਲਾਉਣ ਤੋਂ ਬਾਅਦ ਮੇਰੇ ਖਿਆਲ ਹੈ ਦੋ ਜਾਂ ਤਿੰਨ ਪੌਦਿਆਂ ਦੀਆਂ ਉਹ ਗਾਚੀਆਂ ਟੁੱਟ ਗਈਆਂ ਸਨ, ਦੋ ਜਾਂ ਤਿੰਨ ਪੌਦੇ ਐਸੇ ਸਨ ਜਿਹੜੇ ਲਾਉਣ ਤੋਂ ਬਾਅਦ ਸੁੱਕੇ ਨੇ, ਵਰਨਾ ਸਾਰੇ ਸਾਰੇ ਪੌਦੇ ਚੱਲਦੇ ਰਹਿ ਗਏ ਨੇ, ਚੱਲੇ ਨੇ, ਹੁਣ ਠੀਕ ਨੇ ਬਿਲਕੁਲ। ਉਹ ਉਹਨਾਂ ਦੀ ਜਿਹੜੀ ਹੈ ਸਾਜਿਦ ਪਰਵੇਜ਼ ਸਾਹਿਬ ਦੇ ਕੋਲ ਜਨਾਬ ਬਹੁਤ ਸਾਰੀਆਂ ਵਰਾਇਟੀਆਂ ਨੇ, ਲੀਮੂ ਦੀਆਂ, ਕਿੰਨੂ ਦੀਆਂ, ਮਸੰਮੀ ਦੀਆਂ ਜਨਾਬ, ਫਰੂਟਰ ਦੀਆਂ, ਇਸ ਤੋਂ ਇਲਾਵਾ ਬਹੁਤ ਕੁਛ ਇਹਨਾਂ ਨੇ, ਬੜੀ ਜ਼ਬਰਦਸਤ ਨਰਸਰੀ ਇਹਨਾਂ ਨੇ ਬਣਾਈ ਹੋਈ ਹੈ। ਉਸ ਤੋਂ ਇਲਾਵਾ ਦੂਸਰਾ ਹੈ ਕਿ ਵੀ ਡੀਲਿੰਗ ਇਹਨਾਂ ਦੀ ਬੜੀ ਫੇਅਰ ਹੈ, ਨਾਲ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਬਾਗ ਲੱਗੇ ਨੇ ਇਹਨਾਂ ਦੇ ਕੋਲੋਂ ਅਕਸਰੀਅਤ ਲੋਕ ਇਹਨਾਂ ਦੇ ਕੋਲੋਂ ਬਾਗ ਲੈ ਗਏ ਨੇ, ਪੌਦੇ ਲੈ ਗਏ ਨੇ। ਅਤੇ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦਾ ਕਿੰਨੂ ਜਿੰਨਾ ਵੀ ਹੈ ਉਹ ਸਾਰਾ ਜੱਟੀ ਖੱਟੀ ਦੇ ਉੱਤੇ ਪੈਬੰਦ ਹੋਇਆ ਹੋਇਆ, ਦੂਸਰੇ ਆਮ ਖੱਟੀ ਦੇ ਉੱਤੇ, ਗਲਗਲਾਂ ਦੇ ਉੱਤੇ ਜਾਂ ਲੀਮੂ ਦੇ ਬੀਜ ਦੇ ਉੱਤੇ ਨਰਸਰੀ ਬਣਾ ਕੇ ਪੈਬੰਦ ਨਹੀਂ ਹੋਇਆ ਹੋਇਆ। ਉਹ ਅਕਸਰ ਲੋਕਾਂ ਨੇ ਜਿਹੜੇ ਇਹਨਾਂ ਕੋਲ ਲੈ ਕੇ ਜਾਂਦੇ ਨੇ, ਖਾਸ ਤੌਰ 'ਤੇ ਇਮਰਾਨ ਮਹਿਮੂਦ ਸਾਹਿਬ ਨੇ ਨਾਲ 348 ਗਾਬੇ ਬਾਜੜਾ ਟਾਈਮ ਰਬੇ ਉਹਨਾਂ ਦਾ ਬਾਗ ਹੈ, ਉਹਨਾਂ ਨੇ ਬੜੀ ਇਹਨਾਂ ਦਾ ਮੈਨੂੰ ਕਿਹਾ ਸੀ ਕਿ ਵੀ ਬਾਗ ਇਹ ਸਭ ਤੋਂ ਜ਼ਿਆਦਾ ਇਮਾਨਦਾਰ ਬੰਦੇ ਨੇ, ਅਤੇ ਰੇਟ ਵੀ ਇਹਨਾਂ ਦਾ ਸਭ ਤੋਂ ਠੀਕ ਹੈ। ਮੈਂ ਇਹਨਾਂ ਦਾ ਰਾਬਤਾ ਨੰਬਰ ਵੀ ਲਿਖਿਆ, ਮੇਰੀ ਇਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਜ਼ਿੰਦਗੀ 'ਚ ਇੱਕ ਦਫ਼ਾ ਇਹਨਾਂ ਕੋਲ ਪੌਦੇ ਲੈਣੇ, ਅਤੇ ਹਜੇ ਤੱਕ ਉਹ ਇੱਕ ਦਫ਼ਾ ਹੀ ਮੇਰੇ ਖਿਆਲ ਮੁਲਾਕਾਤ ਇੱਕ ਦਫ਼ਾ ਵੀ ਨਹੀਂ ਹੋ ਸਕੀ ਮੇਰੀ ਇਹਨਾਂ ਨਾਲ, ਟੈਲੀਫੋਨਿਕ ਹੀ ਰਾਬਤਾ। ਇਹ ਵੀਡੀਓ ਮੇਰੇ ਭਾਈ ਨੇ, ਉਹਨਾਂ ਨੇ ਭੇਜੇ ਨੇ ਮੈਨੂੰ ਸਾਰੇ, ਅਤੇ ਜਾਂ ਇਹਨਾਂ ਨੇ ਖੁਦ ਸਾਜਿਦ ਪਰਵੇਜ਼ ਸਾਹਿਬ ਨੇ ਭੇਜੇ ਨੇ, ਮੇਰੀ ਤਾਂ ਮੁਲਾਕਾਤ ਵੀ ਨਹੀਂ ਹੋਈ। ਬਹਰਹਾਲ ਇਹਨਾਂ ਦਾ ਜੋ ਲੈਣ ਦੇਣ ਦਾ ਤਰੀਕਾਕਾਰ ਸੀ, ਜੋ ਪੌਦੇ ਸੀ, ਜੋ ਇਹਨਾਂ ਦਾ ਦੁਬਾਰਾ ਬੈਕਅਪ ਸੀ, ਪਿੱਛੋਂ ਉਹਨਾਂ ਨੇ ਪੁੱਛਦੇ ਰਹਿ ਗਏ ਨੇ ਵੀ ਸੁਣਾਓ ਪੌਦੇ ਸਹੀ ਪਹੁੰਚ ਗਏ ਨੇ, ਕੋਈ ਟੁੱਟਿਆ ਤਾਂ ਨਹੀਂ ਜਾਂ ਕੋਈ ਖਰਾਬ ਤਾਂ ਨਹੀਂ ਹੋਇਆ ਜਾਂ ਸੁੱਕੇ ਤਾਂ ਨਹੀਂ ਵਗੈਰਾ ਵਗੈਰਾ, ਅਤੇ ਬਿਲਕੁਲ ਵੀ ਨਹੀਂ, ਨਾ ਪੌਦੇ ਟੁੱਟੇ ਨੇ, ਦੋ ਜਾਂ ਤਿੰਨ ਪੌਦੇ, ਹੁਣ 1600 ਪੌਦੇ 'ਚੋਂ ਦੋ ਪੌਦਿਆਂ ਦਾ ਜਾਂ ਤਿੰਨ ਪੌਦਿਆਂ ਦਾ ਟੁੱਟ ਜਾਣਾ, ਗਾਚੀ ਦਾ ਟੁੱਟ ਜਾਣਾ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਅਤੇ ਨਾ ਹੀ 5-7 ਪੌਦਿਆਂ ਦਾ ਸੁੱਕ ਜਾਣਾ ਐਡੀ ਵੱਡੀ ਗੱਲ ਹੁੰਦੀ ਹੈ। ਬਹਿਰਹਾਲ ਜੀ ਪੌਦੇ ਮੇਰੇ ਕੋਲ ਪਹੁੰਚ ਗਏ, ਮੈਂ ਲਾ ਲਏ ਔਰ ਮੈਂ ਬੜਾ ਖੁਸ਼ ਹਾਂ, ਅੱਲਾਹ ਤਾਲਾ ਇਹਨਾਂ ਨੂੰ ਖੁਸ਼ ਰੱਖੇ। ਇਹਨਾਂ ਦੀ ਬਹੁਤ ਅੱਛੀ ਇਹ ਨਰਸਰੀ ਹੈ। ਮੈਂ ਪੰਜਾਬ ਪੂਰੇ ਪੰਜਾਬ ਦੇ ਲੋਕਾਂ ਤੋਂ ਜਿਹੜੇ ਵੀ ਲੋਕ ਮੇਰਾ ਯੂਟਿਊਬ ਚੈਨਲ ਸੁਣ ਰਹੇ ਨੇ ਜਾਂ ਦੇਖ ਰਹੇ ਨੇ, ਇਹ ਉਹਨਾਂ ਨੂੰ ਇਹ ਮੈਂ ਮਸ਼ਵਰਾ ਦਿੰਦਾ ਕਿ ਤੁਸੀਂ ਇੱਕ ਦਫ਼ਾ ਇਹਨਾਂ ਨੂੰ ਅਜ਼ਮਾ ਕੇ ਜ਼ਰੂਰ ਦੇਖੋ। ਇਹਨਾਂ ਦੇ ਪੌਦੇ ਬਹਿਰਹਾਲ ਦੂਸਰੇ ਪੌਦਿਆਂ ਦੀ ਨਿਸਬਤ ਅੱਛੇ ਵੀ ਹੋਣਗੇ, ਅਗਰ ਉਹਨਾਂ ਨਾਲੋਂ ਅੱਛੇ ਨਾ ਹੋਏ ਤਾਂ ਕਮ ਅਜ਼ ਕਮ ਰੇਟ ਦੇ ਹਿਸਾਬ 'ਚ ਫਰਕ ਜ਼ਰੂਰ ਪਾਉਣਗੇ, ਯਾਨੀ ਰੇਟ ਦੇ ਹਿਸਾਬ ਨਾਲ ਅਤੇ ਜਾਂ ਇਹਨਾਂ ਦੀ ਕੁਆਲਿਟੀ ਦੇ ਹਿਸਾਬ ਨਾਲ। ਪੌਦੇ ਸਾਰੇ ਅੱਖ ਵਾਲੇ, ਬੜੇ ਸੋਹਣੇ ਅੱਖ ਵਾਲੇ ਪੌਦੇ। ਇਨਸ਼ਾਅੱਲਾ ਤਾਲਾ ਜੀ ਮੈਨੂੰ ਵੀ ਦੁਬਾਰਾ ਜ਼ਰੂਰਤ ਪਏਗੀ, ਮੈਂ ਵੀ ਹਜੇ 2-3 ਏਕੜ ਮੇਰੀ ਜ਼ਮੀਨ ਬਚੀ ਪਈ ਹੈ, ਮੈਂ ਲਾਉਣਾ ਹੈ। ਉਹ ਜ਼ਮੀਨ ਦੇ ਵਿੱਚੋਂ ਮਿੱਟੀ ਕਢਾਉਣ ਵਾਲੀ ਰਹਿ ਗਈ ਸੀ, ਬਾਅਦ 'ਚ ਜ਼ਮੀਨ ਖਰੀਦੀ ਉਹ ਨਾਲ ਜੁੜਵੀਂ, ਅਤੇ ਮੈਂ ਉਹਦੇ 'ਚ ਵੀ ਬਾਗ ਲਾਉਣਾ, ਅਤੇ ਇਨਸ਼ਾਅੱਲਾ ਮੈਂ ਉੱਥੋਂ ਹੀ ਲੈ ਕੇ ਆਵਾਂਗਾ। ਅਗਰ 'ਚ ਇਹ ਕਿਰਾਇਆ ਤਾਂ ਪਿਆ ਲੇਕਿਨ ਬਹੁਤ ਜ਼ਿਆਦਾ ਨਹੀਂ ਪਿਆ, ਉਹ ਸਰਗੁੱਧ ਬਹੁਤ ਜ਼ਿਆਦਾ ਪੈਂਦਾ ਜੀ। ਠੀਕ ਹੈ ਜੀ, ਅਗਲੀ ਵੀਡੀਓ 'ਚ ਫਿਰ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ। ਅਸਲਾਮੁ ਅਲੈਕੁਮ, ਅੱਲਾ ਹਾਫਿਜ਼।